ਸਤਿ ਸ਼੍ਰੀ ਅਕਾਲ ਸਾਰੇ ਕਿਸਾਨਾਂ ਨੂੰ। ਡੇਲੀ ਦੀ ਡੇਲੀ ਆਪਾਂ ਕੋਟਨ ਦੀ ਫਸਲ ਦੇ ਵਾਸਤੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਪਾਂ ਲੈ ਕੇ ਤੁਹਾਡੇ ਕੋਲ ਆਉਂਦੇ ਰਹਿੰਦੇ ਹਾਂ। ਅੱਜ ਮੈਂ ਇੱਕ ਲੈ ਕੇ ਆਇਆ ਬਹੁਤ ਹੀ ਖਰਚਾ ਘਟਾਉਣ ਵਾਲੀ ਕਿਸਾਨਾਂ ਦੀ ਇੱਕ ਵੀਡੀਓ, ਕਿਸਾਨਾਂ ਵਾਸਤੇ ਕੋਟਨ ਦੀ ਫਸਲ ਨੂੰ ਬਹੁਤ ਵਧੀਆ ਰੱਖਣ ਵਾਸਤੇ, ਪਰਿਆਵਰਣ ਨੂੰ ਵਧੀਆ ਬਣਾਉਣ ਵਾਸਤੇ। ਪਰਿਆਵਰਣ ਨੂੰ ਵੀ ਉਹਦੇ ਨਾਲ ਆਪਣੇ ਰਸਾਇਣਾਂ ਦੀ ਮਾਤਰਾ ਵੀ ਘਟੂਗੀ, ਰਸਾਇਣ ਦੀ ਯੂਜ ਨਹੀਂ ਕਰਨਾ ਪਊ ਆਪਾਂ ਨੂੰ ਕੈਮੀਕਲ ਦਾ। ਤਾਂ ਸਾਥੀਓ, ਆਹ ਤਕਨੀਕ ਹੈ, ਹੈਦਰਾਬਾਦ ਦੇ ਇੱਕ ਕਿਸਾਨ ਹੈ ਚਿੰਤਾ ਲਾਲ ਰੈਡੀ, ਠੀਕ ਹੈ, ਉਹਨਾਂ ਦੀ CVR ਤਕਨੀਕ ਹੈ, ਚਿੰਤਾ ਲਾਲ ਵੈਂਕਟ ਰੈਡੀ ਨਾਮ ਤੋਂ ਇਹ ਤਕਨੀਕ ਜਾਣੀ ਜਾਂਦੀ ਹੈ। ਤੁਹਾਨੂੰ ਮੈਂ ਦੱਸਾਂ, ਤੁਸੀਂ ਗੱਲ 'ਤੇ ਅਚੰਭਿਤ ਹੋਵੋਗੇ, ਮਿੱਟੀ ਦੇ ਨਾਲ ਆਪਾਂ ਪੈਸਟਾਂ ਨੂੰ ਕੰਟਰੋਲ ਕਿਵੇਂ ਕਰਨਾ ਹੈ। ਮਿੱਟੀ ਦੇ ਨਾਲ ਜਿਹੜੇ ਪੈਸਟ ਕੋਟਨ ਦੀ ਫਸਲ ਦੇ ਵਿੱਚ ਜਾਂ ਬਰਸੀਮ ਦੇ ਵਿੱਚ ਸੁੰਡੀ ਪੈਂਦੀ ਹੈ ਜਾਂ ਕਿਤੇ ਵੀ ਸੁੰਡੀ ਪੈ ਰਹੀ ਹੈ, ਉਸ ਨੂੰ ਕੰਟਰੋਲ ਆਪਾਂ ਕਿਸ ਤਰੀਕੇ ਨਾਲ ਕਰਨਾ, ਉਹ ਤਰੀਕਾ ਤੁਹਾਨੂੰ ਦੱਸਦਾ। ਇਹ ਪੈਂਟੇਟ ਸੁਧਾ ਤਕਨੀਕ ਹੈ, ਪੈਂਟੇਟ ਹੋਇਆ ਵਿਆ ਚਿੰਤਾ ਲਾਲ ਜੀ ਨਾਲ, ਹੈਦਰਾਬਾਦ ਦੇ ਹੈਗੇ ਹੈ, ਪਦਮ ਭੂਸ਼ਣ ਅਵਾਰਡ ਤੋਂ ਇਹ ਨਿਵਾਜੇ ਗਏ ਹੈ। ਤਾਂ ਪੈਂਟੇਟ ਸੁਧਾ ਤਕਨੀਕ ਹੈ, ਕੋਈ ਦਿੱਕਤ ਨਹੀਂ ਹੈ, ਰਜਿਸਟਰਡ ਹੈ ਪੂਰੀ ਤਕਨੀਕ ਇਹ, ਅਤੇ ਤਾਂ ਹੀ ਤੁਹਾਨੂੰ ਮੈਂ ਦੱਸ ਰਿਹਾ। ਇਹ ਯੂਜ ਕਿਵੇਂ ਕਰਨਾ ਹੈ ਸਿਸਟਮ ਤੁਹਾਨੂੰ ਦੱਸਦਾ। ਜਿਵੇਂ ਧਰਤੀ ਦੀ ਮਤਲਬ ਉੱਪਰਲੀ ਜਿਹੜੀ ਟੋਪ ਵੱਢ ਹੈ, ਇਹਦੇ ਆਪਾਂ ਜਿਹੜੇ ਬਾਹਣ ਆ ਉਹਨਾਂ ਦੇ ਵਿੱਚੋਂ ਮਿੱਟੀ ਲੈਣੀ ਹੈ 3 ਇੰਚ ਹਟਾ ਕੇ, ਅਤੇ ਉਦੋਂ ਬਾਅਦ ਆਪਾਂ 15 ਕਿਲੋ ਮਿੱਟੀ ਲੈਣੀ ਹੈ ਉੱਪਰਲੀ। ਉੱਪਰ ਜਿਹੜੀ ਹੁੰਦੀ ਉਹਨੂੰ ਟੋਪ ਸੋਇਲ ਬੋਲਿਆ ਜਾਂਦਾ, ਟੋਪ ਸੋਇਲ ਤੋਂ ਆਪਾਂ 15 ਕੇਜੀ ਮਿੱਟੀ ਲੈਣੀ ਹੈ। ਉਦੋਂ ਬਾਅਦ ਆਪਾਂ 3 ਫੁੱਟ ਥੱਲੇ ਦੀ 15 ਕਿਲੋ ਮਿੱਟੀ ਲੈਣੀ ਹੈ, ਉਹ ਜਿਹੜੀ ਸਬ ਸੋਇਲ ਬੋਲਿਆ ਜਾਂਦਾ। ਜਿਵੇਂ ਜਿਵੇਂ ਆਪਾਂ ਧਰਤੀ ਦੇ ਵਿੱਚ ਥੱਲੇ ਜਾਂਦੇ ਹਾਂ, ਉਵੇਂ ਸੂਖਸ਼ਮ ਪੋਸ਼ਕ ਤੱਤਾਂ ਦੀ ਮਾਤਰਾ ਵੱਧਦੀ ਜਾਂਦੀ ਹੈ। ਅਤੇ ਕਿਉਂਕਿ ਆਪਣੀ ਫਸਲ ਨੇ ਵੀ ਜਿਹੜੇ ਸੂਖਸ਼ਮ ਤੱਤ ਹੈ ਉਹ ਆਪਣੇ ਧਰਤੀ ਤੋਂ ਲੈਣੇ ਹੈ, ਆਪਾਂ ਨੂੰ ਸਾਰੀ ਕੁਛ ਧਰਤੀ ਤੋਂ ਹੀ ਪ੍ਰਾਪਤ ਹੁੰਦਾ, ਮਰਦਾ ਤੋਂ ਪ੍ਰਾਪਤ ਹੁੰਦਾ, ਧਰਤੀ ਮਾਂ ਜੀ ਨੂੰ ਬੋਲਿਆ ਜਾਂਦਾ, ਅਤੇ ਇਹੀ ਆਪਾਂ ਨੂੰ ਸਾਰਾ ਕੁਛ ਦੇ ਰਹੀ ਹੈ। ਪਰ ਇਹਦੀਆਂ ਤਕਨੀਕਾਂ ਸਾਹਮਣੇ ਨਹੀਂ ਆਉਂਦੀਆਂ, ਕਿਉਂਕਿ ਰਸਾਇਣਿਕ ਖੇਤੀ ਦਾ ਯੁੱਗ ਹੈ, ਪੈਸਟੀਸਾਈਡ 'ਤੇ ਕਿਸਾਨ ਜਾਂਦਾ ਸਿੱਧਾ, ਅਤੇ ਉੱਥੋਂ ਲੈ ਕੇ ਆਉਂਦਾ ਦਵਾਈਆਂ, ਅਤੇ ਇਸ ਵੱਲ ਥੋੜ੍ਹਾ ਜਿਹਾ ਘੱਟ ਰੁਝਾਨ ਹੈ। ਹੈਦਰਾਬਾਦ ਸਾਈਡ ਦੇ ਕਿਸਾਨ ਸੀ ਚਿੰਤਾ ਲਾਲ ਜੀ, ਉਹਨਾਂ ਨੇ ਇਹ ਤਕਨੀਕ ਦਿੱਤੀ ਸੀ, ਪੈਂਟੇਟ ਹੋਇਆ ਵਿਆ, ਕੋਈ ਦਿੱਕਤ ਨਹੀਂ ਹੈ। ਅਤੇ ਆਹ ਆਪਾਂ 30 ਕਿਲੋ ਮਿੱਟੀ ਲੈ ਕੇ ਸਾਥੀਓ, ਮਿੱਟੀ ਲੈ ਬਾਅਦ ਆਪਾਂ 200 ਲੀਟਰ ਵਾਲੇ ਡਰੰਮ ਦੇ ਵਿੱਚ ਘੋਲ ਲੈਣੀ ਹੈ। 200 ਲੀਟਰ ਦੇ ਡਰੰਮ ਦੇ ਵਿੱਚ ਉਹਨੂੰ ਘੋਲ ਕੇ ਵਧੀਆ ਤਰੀਕੇ ਨਾਲ 5 ਮਿੰਟ ਉਹਨੂੰ ਘੋਲਣਾ, ਉਦੋਂ ਬਾਅਦ ਉਹਨੂੰ ਛੱਡ ਦੇਣਾ। ਜਿਹੜੇ ਮਤਲਬ ਪੋਸ਼ਕ ਤੱਤ ਹੋਣਗੇ, ਜਿਹੜੀ ਮਹੀਨ ਕਣ ਹੋਣਗੇ, ਪਾਣੀ ਗੰਧਲਾ ਹੋਜੂਗਾ, ਥੋੜ੍ਹਾ ਉੱਪਰ ਆਜੂ, ਜਿਹੜੀ ਗਾਰ ਹੋਊਗੀ ਸਾਥੀਓ ਉਹ ਥੱਲੇ ਬੈਠ ਜਾਣੀ ਹੈ। ਅਤੇ ਉਦੋਂ ਬਾਅਦ ਤੁਸੀਂ ਕੀ ਕਰਨਾ, ਅਰੰਡੀ ਦਾ ਤੇਲ, ਉਸ 200 ਲੀਟਰ ਦੇ ਵਿੱਚ 1 ਲੀਟਰ ਅਰੰਡੀ ਦਾ ਤੇਲ ਤੁਸੀਂ ਯੂਜ ਕਰਨਾ, ਉਸ ਦਾ ਬਹੁਤ ਵਧੀਆ ਫਾਇਦਾ ਹੈ, ਕਿਉਂਕਿ ਇੱਕ ਹਾਈਲੀ ਕੌਨਸਟੈਂਟ ਹੈ ਉਹ ਚੀਜ਼, ਕੈਲਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ, ਪੋਸ਼ਕ ਤੱਤ ਪਾਈ ਜਾਂਦੇ ਹੈ, ਉਹਦੇ ਵਿੱਚ ਚਿਕਨਾਸ ਜ਼ਿਆਦਾ ਹੁੰਦੀ ਹੈ ਸਾਥੀਓ, ਅਤੇ ਉਹ ਪੱਤੇ ਦੇ ਉੱਤੇ ਸਰਫੇਸ ਦੇ ਉੱਤੇ ਚਿਪ ਜਾਂਦਾ, ਤਾਂ ਕਰਕੇ ਉਸ ਦਾ ਯੂਜ ਕੀਤਾ ਜਾਂਦਾ ਇਸ ਤਕਨੀਕ ਦੇ ਵਿੱਚ। ਅਤੇ ਨਾਲ ਥੋੜ੍ਹੀ ਬਹੁਤ ਸਰਫ, ਮੁੱਠੀ 2 ਮੁੱਠੀ ਜਾਂ ਸੈਂਪੂ ਵੀ ਤੁਸੀਂ ਯੂਜ ਕਰ ਸਕਦੇ ਹੋ। ਉਹਦਾ ਘੋਲ ਬਣਾ ਕੇ ਪੂਰਾ ਉਹਨੂੰ ਸਿੱਧਾ ਨਹੀਂ, ਉਹਨੂੰ ਛਾਣ ਕੇ ਪਾਣੀ ਨੂੰ ਛਾਣ ਲੈਣਾ, ਜਿਹੜੀ ਗਾਰ ਹੋਊਗੀ ਉਹ ਥੱਲੇ ਬਹਿ ਜੂਗੀ। ਛਾਣ ਕੇ ਜਿਵੇਂ ਵੀ ਆਪਾਂ ਉਸ ਘੋਲ ਦੇ ਹੱਥ ਲਾਵਾਂਗੇ ਤਾਂ ਪੂਰੀ ਚਿਕਨਾਸ ਹੋਊਗੀ, ਕਿਉਂਕਿ ਹਾਈ ਹੁੰਦਾ ਪੂਰਾ ਇਹ ਜਿਹੜਾ ਤੇਲ ਹੁੰਦਾ ਰੰਡ ਦਾ, ਤਾਂ ਕਰਕੇ ਉਸ ਦਾ ਤੁਸੀਂ ਯੂਜ ਕਰਨਾ। ਉਹ 1.5 ਬਿੱਘੇ ਦੇ ਵਿੱਚ ਯੂਜ ਹੋ ਜੂਗਾ, 100 ਲੀਟਰ 150 ਲੀਟਰ ਪਾਣੀ ਬਚੂਗਾ, ਬਾਕੀ ਉਹ ਜਿਹੜਾ ਪਾਣੀ ਹੋਊਗਾ ਉਹ ਮਿੱਟੀ ਸੋਸ ਜੂਗੀ, ਮਿੱਟੀ ਅਵਸ਼ੋਸ਼ਿਤ ਕਰ ਲੂਗੀ ਪਾਣੀ ਨੂੰ, ਅਤੇ ਉਸ ਤੁਸੀਂ ਯੂਜ ਕਰਕੇ ਦੇਖਣਾ। ਉਸ ਦਾ ਬਹੁਤ ਵਧੀਆ ਰਿਜ਼ਲਟ ਹੈ, ਨਾਲੇ ਆਪਣੇ ਪਲਾਂਟਾਂ ਨੂੰ, ਨਰਮੇ ਦੀ ਫਸਲ ਨੂੰ ਪੋਸ਼ਕ ਤੱਤ ਮਿਲਣਗੇ, ਨਾਲੇ ਰਸਾਇਣ ਦਾ ਯੂਜ ਨਹੀਂ ਕਰਾਂਗੇ, ਖਰਚਾ ਵੀ ਘੱਟ ਪਊਗਾ, ਅਤੇ ਆਪਣੇ ਜਿਹੜੇ ਮਿੱਤਰ ਕੀਟ ਆ ਉਹਨਾਂ ਦੀ ਵੀ ਸੰਖਿਆ ਆਪਣੀ ਇਹਦੇ ਵਿੱਚ ਵਧੂਗੀ, ਕਿਉਂਕਿ ਜਿਹੜੇ ਆਪਣੇ ਇਹ ਕੀਟ ਉੱਡ ਰਹੇ ਹੈ ਤੁਸੀਂ ਨਰਮੇ ਦੀ ਫਸਲ ਦੇ ਵਿੱਚ ਦੇਖਦੇ ਹੋ, ਐਫਿਡ ਜੈਸਿਡ ਜੋ ਵੀ ਹੁੰਦਾ, ਵਾਈਟ ਫਲਾਈ ਹੁੰਦਾ, ਥ੍ਰਿਪਸ ਹੁੰਦਾ, ਇਹਨਾਂ ਦੇ ਆਂਤ ਫੇਫੜੇ ਕੁਛ ਵੀ ਨਹੀਂ ਹੁੰਦਾ, ਇਹਨਾਂ ਦਾ ਸਿਸਟਮ ਸਿੱਧਾ ਹੁੰਦਾ, ਅਤੇ ਜਿਹੜੇ ਮਹੀਨ ਕਣ ਹੁੰਦੇ ਆ ਮਿੱਟੀ ਦੇ ਉਹ ਉਹਦੇ ਵਿੱਚ ਫਸ ਜਾਂਦੇ ਜਾ ਕੇ, ਅਤੇ ਉਸ ਦੇ ਨਾਲ ਇਹਨਾਂ ਦੀ ਮ੍ਰਿਤੀ ਹੋ ਜਾਂਦੀ ਹੈ। ਤਾਂ ਕਰਕੇ ਉਹਦਾ ਤੁਸੀਂ ਯੂਜ ਕਰੋ, ਬਹੁਤ ਵਧੀਆ ਰਿਜ਼ਲਟ ਹੈ ਇਸ ਨਰਮੇ ਦੇ ਉੱਤੇ, ਪਹਿਲੀ ਵਾਰ
ਸੁਬਹਾ ਇੱਕ ਫਾਰਮਰ ਹੈ ਉਹ ਸਪਰੇਅ ਇਸ ਘੋਲ ਦੀ ਕਰਨਗੇ। ਹੋਰ ਤੁਸੀਂ ਗੂਗਲ 'ਤੇ ਜਾ ਕੇ CVR ਤਕਨੀਕ ਲਿਖ ਕੇ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਜੇ ਆਪਾਂ ਪਹਿਲੀ ਗੱਲ ਇਸ ਵੀਡੀਓ ਦੇ ਵਿੱਚ ਸਾਰੀ ਕਨਫਰਮ ਕਰਤੀ, ਜਿਹੜੀ ਜਾਣਕਾਰੀ ਹੈ ਜਾਣਕਾਰੀ ਲੈ ਕੇ ਤੁਸੀਂ ਇਹਦਾ ਯੂਜ ਕਰ ਸਕਦੇ ਹੋ। ਮਿੱਤਰ ਕੀਟਾਂ ਦੀ ਵੀ ਸੰਖਿਆ ਵਧੂਗੀ ਇਸ ਨਰਮੇ ਦੇ ਵਿੱਚ ਬਹੁਤ ਜ਼ਿਆਦਾ। ਗ੍ਰੀਨ ਲੈਸਵਿੰਗ ਕ੍ਰਾਈਸੋਪਰੋਲਾ ਜਿਹਨੂੰ ਬੋਲਿਆ ਜਾਂਦਾ ਉਹ ਹੈ, ਅਤੇ ਉਹ ਜਿਹੜਾ ਕੀਟਾਂ ਨੂੰ ਖਾਂਦਾ, ਜਿਹੜੇ ਹਾਰਮਫੁੱਲ ਕੀਟ ਹੁੰਦੇ ਉਹਨਾਂ ਨੂੰ ਖਾ ਰਿਹਾ, ਤਾਂ ਬਹੁਤ ਵਧੀਆ ਗੱਲ ਹੈ ਇਹ ਹੋਣਾ। ਅਤੇ ਸੂਖਸ਼ਮ ਪੋਸ਼ਕ ਤੱਤ ਵੀ ਆਪਣੀ ਜ਼ਮੀਨ ਤੋਂ ਜਿਹੜੀ ਆਪਾਂ ਮਿੱਟੀ ਲਵਾਂਗੇ ਉਸ ਤੋਂ ਮਿਲਣਗੇ, ਤਾਂ ਇਸ ਚੀਜ਼ ਦਾ ਬਹੁਤ ਫਾਇਦਾ ਹੈ ਸਾਥੀਓ। ਤੁਸੀਂ ਆਹ ਤਕਨੀਕ ਅਪਣਾਓ, ਫਿਰ ਸਾਨੂੰ ਫੀਡਬੈਕ ਦਿਓ। ਹੋਰ ਵੀ ਕਿਸਾਨਾਂ ਤੋਂ ਫੀਡਬੈਕ ਆ ਚੁੱਕੇ ਹੈ, ਪਹਿਲਾਂ ਅਸੀਂ ਇਹ ਤਕਨੀਕ ਅਪਣਾ ਕੇ ਦੇਖ ਸਕੇ ਚੁੱਕੇ ਹੈ, ਪਰ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਸਕਦੇ ਹੋ CVR ਟੈਕਨੀਕ, ਉੱਥੋਂ ਤੁਹਾਨੂੰ ਪਤਾ ਲੱਗ ਜੂਗਾ। ਬਾਕੀ ਇਸ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਝ ਕਨਫਰਮ ਕਰ ਦਿੱਤਾ ਹੈ, ਬਹੁਤ ਵਧੀਆ ਚੀਜ਼ ਹੈ ਇਹ। ਤੁਸੀਂ ਵਰਤ ਕੇ ਦੇਖੋ, ਫਿਰ ਸਾਨੂੰ ਫੀਡਬੈਕ ਦਿਓ। ਕੈਮੀਕਲ ਰਹਿਤ ਖੇਤੀ ਕਰੋ, ਪਰਿਆਵਰਣ ਨੂੰ ਬਚਾਓ। ਠੀਕ ਹੈ ਸਾਥੀਓ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ।